ਮਰਕਸ ਅਜਾਏ 8 ਉਹਨੇ ਦਿਨੀ ਜਦ ਫੇਰ ਵੱਡੀ ਭੀੜ ਹੋ ਗਈ ਅਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਾ ਸੀ ਤਾਂ ਉਹਨੇ ਆਪਣੇ ਚੇਲਨ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਹੁਣ ਉਹ ਤਿੰਨ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਜਿਵੇਂ ਉਹਨਾਂ ਨੂੰ ਘਰਾਂ ਵੱਲ ਭੁੱਖਿਆ ਤੋਰ ਦਿਆਂ ਤਾਂ ਉਹ ਰਸਤੇ ਵਿੱਚ ਨਿਤਾਣੇ ਹੋ ਜਾਣਗੇ ਅਤੇ ਕਈ ਉਹਨਾਂ ਵਿੱਚੋਂ ਦੂਰ ਆਏ ਹਨ ਉਸ ਦੇ ਚੇਲਿਆਂ ਨੇ ਉਸ ਨੂੰ ਉਤਰ ਦਿੱਤਾ ਕਿ ਅਸੀਂ ਉਜਾਰ ਵਿੱਚ ਕੋਈ ਇਹਨਾਂ ਨੂੰ ਰੋਟੀਆਂ ਨਾਲ ਕਿੱਥੋਂ ਜਾ ਸਕੀ ਉਸ ਨੇ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕਿੰਨੀ ਰੋਟੀਆਂ ਹਨ ਉਹ ਬੋਲੇ 7 ਫਿਰ ਉਸ ਨੇ ਲੋਕਾਂ ਨੂੰ ਹੁਕਮ ਦਿੱਤਾ ਭਈ ਪੁੰਝੇ ਬਹਿ ਜਾਣ ਤਾਂ ਉਸ ਨੇ ਉਹ 7 ਰੋਟੀਆਂ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਜੋ ਉਹਨਾਂ ਦੇ ਅੱਗੇ ਰੱਖਣ ਸੋ ਉਹਨਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ ਉਹਨਾਂ ਦੇ ਕੋਲ ਥੋੜੀਆਂ ਜੀਆਂ ਛੋਟੀਆਂ ਮੱਛੀਆਂ ਸਨ ਸੋ ਉਹਨਾਂ ਨੇ ਉਹਨਾਂ ਉੱਤੇ ਬਰਕਤ ਦੇਖ ਕੇ ਕਿਹਾ ਇਹ ਵੀ ਇਹਨਾਂ ਦੇ ਅੱਗੇ ਰੱਖੋ ਉਹ ਖਾ ਕੇ ਰੱਜ ਗਈ ਔਰ ਬੱਚਿਆਂ ਹੋਇਆਂ ਟੁਕੜਿਆਂ ਦੇ ਉਹਨਾਂ ਨੇ ਸੱਤ ਟੁਕੜੇ ਚੁੱਕੇ ਅਤੇ ਲੋਕ ਚਾਰ ਕੋ ਹਜ਼ਾਰ ਸਨ ਫਿਰ ਉਸਨੇ ਉਹਨਾਂ ਨੂੰ ਵਿਦਾ ਕੀਤਾ ਔਰ ਉਸ ਵੇਲੇ ਉਹ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ ਕੇ ਦਲਮਨੁੱਥਾ ਦੇ ਇਲਾਕੇ ਵਿੱਚ ਆਇਆ ਤਦ ਫ੍ਰਿਸੀ ਨਿਕਲੇ ਅਤੇ ਉਸ ਦੇ ਪਰਤੌਣ ਲਈ ਆਕਾਸ਼ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਝਗੜਾ ਕਰਨ ਲੱਗੇ ਅਤੇ ਉਸਨੇ ਆਪਣੇ ਆਤਮਾ થી ਹੌਂਕਾ ਪਰਕੇ ਕਿਹਾ ਇਸ ਪੀੜੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ ਮੈਂ ਤੁਹਾਨੂੰ ਸਤ ਅਖਦਾ ਹਾਂ ਭਈ ਇਸ ਪੀੜੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਹਨਾਂ ਨੂੰ ਛੱਡ ਕੇ ਫਿਰ ਬੇੜੀ ਉੱਤੇ ਚੜ੍ਹਿਆ ਅਤੇ ਪਾਰ ਚੱਲਿਆ ਗਿਆ ਉਹ ਰੋਟੀ ਲੈਣੀ ਭੁੱਲ ਗਏ ਸਨ ਔਰ ਬੇੜੀ ਵਿੱਚ ਇੱਕ ਰੋਟੀ ਦੇ ਬਿਨਾ ਉਹਨਾਂ ਕੋਲ ਹੋਰ ਕੁਝ ਨਾ ਸੀ ਉਸਨੇ ਉਹਨਾਂ ਨੂੰ ਤਗੀਦ ਨਾਲ ਆਖਿਆ ਕਿ ਖਬਰਦਾਰ ਫਰਿਸਿਆਂ ਦੇ ਖਮੀਰ ਅਤੇ ਹਰੋਦੇਸ਼ ਦੇ ਖਮੀਰ ਤੋਂ ਚੌਕਸ ਰਹੋ ਤਰੋਂ ਆਪੋ ਵਿੱਚ ਵਿਚਾਰ ਕਰਕੇ ਆਖਣ ਲੱਗੇ ਪਈ ਸਾਡੇ ਕੋਲ ਰੋਟੀ ਨਹੀਂ ਯਿਸੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ ਤੁਸੀਂ ਕਿਉਂ ਵਿਚਾਰ ਕਰਦੇ ਹੋ ਪਈ ਸਾਡੇ ਕੋਲ ਰੋਟੀ ਨਹੀਂ ਭਲਾ ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ ਕਿ ਤੁਹਾਡਾ ਦਿਲ ਸੁਣ ਹੋ ਗਿਆ ਹੈ ਅੱਖਾਂ ਦੇ ਹੁੰਦੇ ਸੁੰਦੇ ਕਿ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆ ਸੁੰਦਿਆ ਨਹੀਂ ਸੁਣਦੇ ਔਰ ਚੇਤਿਤ ਰੱਖਦੇ ਜਦ ਮੈਂ ਉਹ ਪੰਜ ਰੋਟੀਆਂ 5000 ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁਕੀਆਂ ਉਹਨਾਂ ਨੂੰ ਸੁਣ ਆਖਿਆ 12 ਅਤੇ ਜਦ ਰੋਟੀਆਂ 4000 ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੇ ਕਿੰਨੇ ਟੁਕੜੇ ਭਰੇ ਚੁੱਕੇ ਫਿਰ ਉਹਨਾਂ ਨੂੰ ਸੁਣ ਆਖਿਆ 7 ਤਦ ਉਸਨੇ ਉਹਨਾਂ ਨੂੰ ਕਿਹਾ ਤੁਹਾਨੂੰ ਅਜੇ ਸਮਝ ਨਹੀਂ ਆਈ ਫਿਰ ਉਹ ਬੈਦਸਦਾਂ ਵਿੱਚ ਆਏ ਅਤੇ ਲੋਕ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਔਰ ਉਹਦੀ ਮਿੰਨਤ ਕੀਤੀ ਜੋ ਉਸ ਨੂੰ ਛੋਹੇ ਤਾ ਉਹ ਉਸ ਅੰਨਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਔਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਤੇ ਉਸ ਨੇ ਪੁੱਛਿਆ ਤੈਨੂੰ ਕੀ ਦਿਸਦਾ ਹੈ ਉਸ ਨੇ ਨਜ਼ਰਪੱਟ ਕੇ ਵੇਖਿਆ ਤੇ ਕਿਹਾ ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂ ਦਿਸਦੇ ਹਨ ਤਦ ਉਹਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਔਰ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ ਅਤਿਉਨੇ ਇਹ ਕਹਿ ਕੇ ਜਦ ਪਿੰਡ ਵਿੱਚ ਬੜਦਾ ਬਿਨਾ ਉਸ ਨੂੰ ਉਸ ਦੇ ਘਰ ਕੱਲ ਦਿੱਤਾ ਤਾਂ ਯਿਸੂ ਔਰ ਉਹਦੇ ਚੇਲੇ ਕੈਸਰੀਆ ਫਲੀਪੀ ਦੇ ਪਿੰਡ ਵਿੱਚ ਗਏ ਅਤੇ ਰਾਹ ਵਿੱਚ ਉਹਨੇ ਆਪਣੇ ਚੇਲੇ ਕੋਲੋਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ ਜੇ ਮੈਂ ਕੌਣ ਹਾਂ ਤਾਂ ਉਹਨਾਂ ਉਸ ਨੂੰ ਆਖਿਆ ਯੋਹਨਾ ਬਪਤਸਮਾ ਦੇਣ ਵਾਲਾ ਕਈ ਏਲੀਆ ਅਤੇ ਕਈ ਨਬੀ ਵਿੱਚੋਂ ਕੋਈ ਤਾਂ ਉਸ ਨੇ ਉਹਨਾਂ ਨੂੰ ਪੁੱਛਿਆ ਪਰ ਤੁਸੀਂ ਕੀ ਆਖਦੇ ਹੋ ਮੈਂ ਕੌਣ ਹਾਂ ਪਤਰਸ ਨੇ ਉਹਨੂੰ ਉੱਤਰ ਦਿੱਤਾ ਤੂੰ ਮਸੀਹ ਹੈ ਤਦ ਉਸਨੇ ਉਹਨਾਂ ਨੂੰ ਤਗੀਦ ਕੀਤੀ ਜੋ ਮੇਰੇ ਵੇਖੇ ਕਿਸੇ ਨੂੰ ਨਾ ਦੱਸੋ ਫਿਰ ਉਹ ਉਹਨਾਂ ਨੂੰ ਸ਼ਿਕਰਣ ਲੱਗਾ ਪਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾ ਅਤੇ ਪ੍ਰধান ਜਾਜਕਾ ਅਤੇ ਗਰੰਥੀਆਂ ਥੀ ਰੱਦਿਆ ਜਾਏ ਔਰ ਜਾਨੋ ਮਾਰਾ ਜਾਏ ਅਤੇ ਤਿੰਨ ਦਿਨਾਂ ਪਿਛੋਂ ਜੀ ਉਠੇ ਔਰ ਉਹਨੇ ਇਹ ਗੱਲ ਖੋਲ ਕੇ ਕਹਿ ਦਿੱਤੀ ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਛਿੜਕਣ ਲੱਗਾ ਪਰ ਉਹਨੇ ਮੂੰਹ ਫੇਰ ਲਿਆ ਅਜ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ "ਹੇ ਸ਼ੈਤਾਨ ਮੈਥੇ ਪਿੱਛੇ ਹਟ ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ" ਤਾਂ ਉਹਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਸਦ ਕੇ ਉਹਨਾਂ ਨੂੰ ਆਖਿਆ "ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੇ ਸਲੀਬ ਚੁੱਕ ਕੇ ਮੇਰੇ ਪਿੱਛੇ ਚਲੇ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾਏਗਾ" ਪਰ ਜਿਹੜਾ ਮੇਰੇ ਅਤੇ ਅੰਜੀਲ ਦੇ ਲਈ ਆਪਣੀ ਜਾਨ ਗਵਾਏ ਉਸ ਨੂੰ ਬਚਾਵੇਗਾ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀੜ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰੀਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤਰ ਦੂਤ ਸਨੇ ਆਵੇਗਾ